ਸਾਡੇ ਚੈਨਲ 'ਤੇ ਹੋਰ ਨਵੀਆਂ ਅਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤਹਿਤ ਬਲਾਕ ਪਾਤੜਾਂ ਦੀਆਂ ਕਿਸਾਨ ਜਥੇਬੰਦੀਆਂ ਨੇ ਪਾਤੜਾਂ 'ਚ ਕੀਤੀ ਮੀਟਿੰਗ। ਭਾਜਪਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤੇ ਜਾਣ 'ਤੇ ਵਿਰੋਧ ਕਰਨ ਦਾ ਕੀਤਾ ਫੈਸਲਾ। ਕਾਲੀਆਂ ਝੰਡੀ ਨਾਲ ਕੀਤਾ ਜਾਵੇਗਾ ਵਿਰੋਧ। ਕਿਸਾਨ ਆਗੂ ਅੱਜ 31 ਮਾਰਚ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਦੇ ਕਰੀਬ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਕੁੱਲ ਹਿੰਦ ਕਿਸਾਨ ਸਭਾ ਦੀ ਸਾਂਝੀ ਮੀਟਿੰਗ ਹੋਈ, ਜਿਸ ਵਿੱਚ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਅੱਜ ਆਪਾਂ ਇਕੱਠੇ ਹੋਏ ਹਾਂ ਉਸ ਦੇ ਸਾਰੇ ਸੱਜਣਾਂ ਨੂੰ ਜਾਣਕਾਰੀ ਦੇਣ ਵਾਸਤੇ, ਜਿਹੜਾ ਕਿ ਪਿੰਡ ਦੇ ਵਿੱਚ ਅਨਾਊਂਸਮੈਂਟਾਂ ਕਰਨੀਆਂ, ਹਰੇਕ ਪਿੰਡ ਦੇ ਵਿੱਚ ਕਿਸਾਨ ਸਾਡੇ ਜਾਗਰੂਕ ਕਰਨੇ ਕਿ ਭਾਜਪਾ ਸਰਕਾਰ ਨੇ ਸਾਡੇ ਕਿਸਾਨਾਂ 'ਤੇ ਐਡਾ ਵੱਡਾ ਹਮਲਾ ਕੀਤਾ, ਉਹਨੂੰ ਰੋਕਣ ਵਾਸਤੇ ਅੱਜ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ, ਉਸ ਮਹੀਨੇ ਦੇ ਵਿੱਚ ਜਿੰਨੇ ਵੀ ਭਾਜਪਾ ਦੇ ਲੀਡਰ ਸਾਡੇ ਪਿੰਡਾਂ ਦੇ ਵਿੱਚ ਆਉਣਗੇ, ਮੈਂ ਕੁਲਵੰਤ ਸਿੰਘ ਮੌਲਵੀ ਵਾਲਾ, ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ। ਜਿਹੜੀ ਸਾਡੀ 29 ਤਰੀਕ ਨੂੰ ਪੰਜਾਬ ਦੀਆਂ 32 ਜਥੇਬੰਦੀਆਂ ਦੀ ਮੀਟਿੰਗ, ਜਿਹੜਾ SKM ਪੰਜਾਬ ਚੈਪਟਰ ਹੈ ਉਹਦੀ ਮੀਟਿੰਗ ਹੋਈ, ਉਹਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜੋ SKM ਦਾ ਫੈਸਲਾ ਸੀ, ਕਿਸਾਨ ਮਹਾਂਪੰਚਾਇਤ ਜਿਹੜੀ ਦਿੱਲੀ ਹੋਈ 14 ਮਾਰਚ ਨੂੰ, ਉਹਦਾ ਫੈਸਲਾ ਹੈ ਕਿ BJP ਦੇ ਆਗੂ, BJP ਦੇ ਲੀਡਰ ਜਿਹੜੇ ਵੀ ਹਲਕੇ ਦੇ ਵਿੱਚ ਜਾਣਗੇ, SKM ਵੱਲੋਂ ਉਹਦਾ ਵਿਰੋਧ ਕੀਤਾ ਜਾਏਗਾ। ਉਸ ਏਜੰਡੇ 'ਤੇ ਅੱਜ ਸਾਂਝੀ ਮੀਟਿੰਗ ਹੋਈ ਹੈ ਕਿਸਾਨ ਜਥੇਬੰਦੀਆਂ ਬਲਾਕ ਪਾਤੜਾਂ ਦੀ। ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ BJP ਦੇ ਜਿਹੜੇ ਆਗੂ ਜਾਂ ਕੈਂਡੀਡੇਟ ਜੇ ਉਹ ਸਾਡੇ ਇਲਾਕੇ 'ਚ ਆਉਂਦੇ ਆ, ਤਾਂ ਅਸੀਂ SKM ਵੱਲੋਂ ਉਹਦਾ ਜ਼ਬਰਦਸਤ ਵਿਰੋਧ ਕਰਾਂਗੇ ਔਰ ਸਾਰੇ ਹਲਕੇ ਦੇ ਵਿੱਚ, ਸਾਰੇ ਪਟਿਆਲੇ ਹਲਕੇ ਦੇ ਵਿੱਚ ਉਹਦਾ ਵਿਰੋਧ SKM ਨੂੰ ਕੀਤਾ ਜਾਏਗਾ। ਜਿਹੜੇ ਜਿਹੜੇ ਵੀ ਆਗੂ ਹੋਣਗੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ। ਇਹਦੇ ਨਾਲ ਹੀ 8 ਅਪ੍ਰੈਲ ਨੂੰ ਚੰਡੀਗੜ੍ਹ, ਮੋਹਾਲੀ, ਗੁਰਦੁਆਰਾ ਅੰਬ ਸਾਹਿਬ ਕੋਲ ਇੱਕ ਬਹੁਤ ਵੱਡੀ ਰੈਲੀ ਸਾਰੇ ਪੰਜਾਬ ਦੀ ਹੋਣ ਜਾ ਰਹੀ ਹੈ, ਉਹਦੀ ਤਿਆਰੀ। ਇਹ 2 ਏਜੰਡਿਆਂ 'ਤੇ ਅੱਜ ਜਿਹੜੀ ਸਾਂਝੀ ਮੀਟਿੰਗ ਹੈ ਸਬ ਡਿਵੀਜ਼ਨ ਪਾਤੜਾਂ ਦੀ, ਉਹ ਹੋਈ ਹੈ। ਉਹਦੇ 'ਤੇ ਇਹ ਜਿਹੜਾ ਏਜੰਡਾ ਹੈ ਉਹਨੂੰ ਲਾਗੂ ਕਰਨ ਵਾਸਤੇ ਪੂਰਾ ਜ਼ੋਰ ਨਾਲ ਅਸੀਂ ਤਿਆਰੀ 'ਚ ਰੁੱਝੇ ਹੋਏ ਹਾਂ ਸਾਰੀਆਂ ਜਥੇਬੰਦੀਆਂ। ਇੰਨੀ ਬੇਨਤੀ। ਵਿਰੋਧ ਜਿਹੜਾ ਹੋਊਗਾ ਭਾਜਪਾ ਆਗੂਆਂ ਦਾ ਪਿੰਡਾਂ 'ਚ, ਕਿਸ ਤਰ੍ਹਾਂ ਦਾ ਵਿਰੋਧ ਹੋਊਗਾ? ਦੇਖੋ, SKM ਹਮੇਸ਼ਾ ਪੂਰਨ ਰਹਿ ਕੇ ਸੰਘਰਸ਼ ਕਰਨ ਦਾ ਜਿਹੜਾ ਹੈ ਉਹ ਇਹਦੀ ਬੁਨਿਆਦ ਹੈ ਔਰ ਇਸੇ ਢੰਗ ਦੇ ਨਾਲ ਹੀ ਵਿਰੋਧ ਕਰਾਂਗੇ। ਅਸੀਂ ਕਾਲੇ ਝੰਡੇ ਲੈ ਕੇ, ਹਜ਼ਾਰਾਂ ਦੀ ਗਿਣਤੀ ਸਾਡੇ ਜਿਹੜੇ ਕਿਸਾਨ ਭਰਾ, ਜਿੱਥੇ ਵੀ ਉਹਨਾਂ ਦਾ ਪ੍ਰੋਗਰਾਮ ਹੋਏ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ। ਮੈਂ ਹਰਭਜਨ ਸਿੰਘ ਬੁੱਟਰ ਜੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਂ। ਅੱਜ ਦੀ ਮੀਟਿੰਗ ਅਸੀਂ ਵੈਸੇ ਪਾਤੜਾਂ ਬਲਾਕ ਦੀ ਸੰਯੁਕਤ ਮੋਰਚੇ ਦੀ ਰੱਖੀ ਸੀਗੀ, ਜਿਹਦੇ ਵਿੱਚ 4 ਜਥੇਬੰਦੀਆਂ ਹਾਜ਼ਰ ਹੋਈਆਂ ਸੀਗੀਆਂ ਇਸ ਇਲਾਕੇ ਦੀਆਂ, ਅਤੇ ਉਹਦੇ ਵਿੱਚ ਅਸੀਂ ਇਹ ਜਿਹੜਾ ਇੱਕ ਤਾਂ BJP ਦਾ ਜਿਹੜਾ ਖਾਸ ਕਰਕੇ, ਕਿਉਂਕਿ ਇਸ ਗੱਲ ਦਾ ਵਿਚਾਰ ਸੰਯੁਕਤ ਮੋਰਚੇ ਨੇ ਵੀ ਪਾਸ ਕੀਤਾ ਅਤੇ ਵਿਚਾਰ ਕੀਤੀ ਕਿ ਵੀ ਇਹ ਕਿਸਾਨਾਂ ਦੀ ਸਭ ਤੋਂ ਵੱਡੀ ਜਿਹੜੀ ਆ ਵਿਰੋਧੀ ਅਤੇ ਦੁਸ਼ਮਣ ਜਿਹੜੀ ਜਮਾਤ ਵਜੋਂ ਸਾਹਮਣੇ ਆਈ ਹੈ, ਇਸ ਕਰਕੇ BJP ਦਾ ਪਿੰਡਾਂ ਵਿੱਚ ਜਿਹੜਾ, ਕਿਉਂਕਿ ਕਿਸਾਨਾਂ ਨੂੰ ਜਿਹੜਾ ਇਹਨਾਂ ਨੇ, ਚਾਹੇ ਬਾਰਡਰਾਂ 'ਤੇ ਸੀਗਾ, ਚਾਹੇ ਦਿੱਲੀ ਸੀਗਾ, ਅਤੇ ਜਾਂ ਅੱਜ ਤੱਕ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਇਹ ਮੰਨਣ ਤੋਂ ਇਨਕਾਰੀ ਹੈ, ਇਸ ਕਰਕੇ ਤਾਂ ਇਹਨਾਂ ਦਾ ਜਿਹੜਾ ਪਿੰਡਾਂ 'ਚ ਆਉਣ 'ਤੇ ਵਿਰੋਧ ਕੀਤਾ ਜਾਂਦਾ। ਕਿਸ ਤਰ੍ਹਾਂ ਵਿਰੋਧ ਹੋਊਗਾ? ਵਿਰੋਧ ਜੀ, ਅਸੀਂ ਕਾਲੇ ਝੰਡਿਆਂ ਨਾਲ ਵਿਰੋਧ ਕਰਾਂਗੇ ਜੀ, ਸਵਾਲ ਕਰਕੇ ਵਿਰੋਧ ਕਰਾਂਗੇ,
ਫਲੈਕਸ ਲਾ ਕੇ ਵਿਰੋਧ ਕਰਾਂਗੇ, ਪਿੰਡਾਂ 'ਚ ਮੀਟਿੰਗ ਕਰਕੇ ਵਿਰੋਧ ਕਰਾਂਗੇ, ਅਤੇ ਗੁਰੂ ਘਰਾਂ ਜਿਹੜੇ ਸਪੀਕਰਾਂ 'ਤੇ ਬੋਲ ਕੇ ਵੀ ਇਹਨਾਂ ਨੂੰ ਮੂੰਹ ਨਾਲ ਲਾਇਆ ਜਾਵੇ। ਹਰ ਤਰ੍ਹਾਂ ਦਾ ਅਸੀਂ ਟਾਈਮ ਟਾਈਮ 'ਤੇ ਵਿਚਾਰ ਕੇ ਵਿਰੋਧ ਲਗਾਤਾਰ ਅਸੀਂ ਰੱਖਿਆ। ਜਿਹੜੇ ਹੋਰ ਆਗੂ ਪਾਰਟੀਆਂ ਜਾਣੀਆਂ ਉਹਨਾਂ ਦੇ ਪਾਰਟੀਆਂ ਕੀ ਹੋਊਗਾ? ਉਹਨਾਂ ਦੇ ਸਾਡੇ ਸਵਾਲ ਹੋਣਗੇ ਵੀ ਲੋਕਾਂ ਨੂੰ ਦੱਸੋ ਵੀ ਤੁਸੀਂ ਇਹ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਇਹਨਾਂ ਨੂੰ ਤੁਸੀਂ ਚੁੱਕੋਗੇ ਜਾ ਕੇ ਜਾਂ ਕੀ ਕਰੋਗੇ ਤੁਸੀਂ? ਇਹ ਸਵਾਲ ਸਾਡੀ ਲੋਕਾਂ ਨੂੰ ਵੀ ਬੇਨਤੀ ਵੀ ਲੋਕ ਵੀ ਸਵਾਲ ਕਰਨ, ਹਰ ਜਿਹੜੀ ਪਾਰਟੀ ਆਉਂਦੀ ਇਹਨਾਂ ਨੂੰ ਸਵਾਲ ਜ਼ਰੂਰ ਹੋਣੇ ਚਾਹੀਦੇ ਆ ਵੀ ਘੱਟੋ ਘੱਟ ਵੀ ਤੁਸੀਂ ਦੱਸੋ ਵੀ ਕੀ ਪ੍ਰੋਗਰਾਮ ਤੁਹਾਡਾ, ਤੁਸੀਂ ਕੀ ਜਾ ਕੇ ਤੁਸੀਂ ਚੁੱਕੋਗੇ ਸਾਡੇ ਵਾਸਤੇ ਕਰੋਗੇ। ਕੌਲ ਆਈ ਹੈ ਵੀ ਇਹਨਾਂ ਦਾ ਭਾਜਪਾ ਨੇ ਜਿਹੜਾ ਸਾਡੇ ਪੰਜਾਬ ਦਾ ਇੱਕ ਹਿੱਸਾ ਖਰਾਬ ਕੀਤਾ, ਉਸ ਦਾ ਵਿਰੋਧ ਅਸੀਂ ਦੱਬ ਕੇ ਕਰਨਾ, ਨਾ ਇਹ ਪਿੰਡਾਂ ਦੇ ਵਿੱਚ ਵੜਨ ਦੇਣੇ ਨੇ।